ਇੱਕ ਪੇਜ ਦੇ ਅੰਦਰ ਪੋਸਟ ਪਾਈ ਕਲੰਦਰ ਸਿੰਘ ਦਾ ਮਾੜਾ ਹੋ ਗਿਆ, ਤੂੰ ਕਿਵੇਂ ਚੰਗਾ ਹੋ ਗਿਆ। ਕੋਈ ਫੋਟੋ ਨਹੀਂ ਕਰਨੀ, ਫੋਟੋ ਜਿੰਨੇ ਬੰਦੇ ਮਿਲਿਆ ਹਮੇਸ਼ਾ ਕਿਤਾ ਕੇ ਗਿਆ, ਕੋਈ ਕਹਿ ਨਹੀਂ ਸਕਦਾ ਵੀ ਕਦੇ ਫੋਟੋ ਨਹੀਂ ਕਰਾਈ। ਹੈਸ਼ਟੈਗ ਹੰਕਾਰੀ, ਜੇ ਤੁਹਾਨੂੰ ਸਾਡੇ ਜਿਉਣ ਦਾ ਤਰੀਕਾ ਸਾਡਾ ਹੰਕਾਰ ਲੱਗਦਾ ਤਾਂ ਇਹ ਬਹੁਤ ਵਧੀਆ ਗੱਲ, ਅਸੀਂ ਹੰਕਾਰੀ ਹਾਂ। ਜਦੋਂ ਪਿੰਡ ਜਾਣਾ ਨਾ, ਜਦੋਂ ਪਿੰਡ ਜਾਣਾ ਵੀਰੇ, ਤੜਕੇ 6 ਵਜੇ ਫੋਟੋ ਵਾਲੇ ਆ ਜਾਂਦੇ ਤੇ ਰਾਤ ਦੇ 11 ਵਜੇ ਤੱਕ ਨਹੀਂ ਜਾਂਦੇ ਉਹ। ਪਹਿਲਾਂ ਤਾਂ ਤੁਹਾਡਾ ਵਿਰਸਾ ਟੀਵੀ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ, ਮੈਂ ਤੁਹਾਡਾ ਹੋਸਟ ਅਤੇ ਦੋਸਤ ਜੌਲ। ਸੋਸ਼ਲ ਮੀਡੀਆ 'ਤੇ ਸਿੱਧੂ ਮੂਸੇਵਾਲੇ ਦੀ ਫੋਟੋ ਨਾ ਖਿਚਵਾਉਣ ਵਾਲੀ ਵੀਡੀਓ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋਈ ਸੀ ਅਤੇ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਨੇ ਆਪਣੇ ਫੈਨ ਦੇ ਨਾਲ ਫੋਟੋ ਖਿਚਵਾਉਣ ਤੋਂ ਮਨ੍ਹਾ ਕਰ ਦਿੱਤਾ ਅਤੇ ਇਸ ਗੱਲ ਦਾ ਜਵਾਬ ਦਿੱਤਾ ਸਿੱਧੂ ਮੂਸੇਵਾਲੇ ਨੇ ਸਿਡਨੀ ਦੇ ਲਾਈਵ ਸ਼ੋਅ ਦੇ ਵਿੱਚ। ਅਤੇ ਸਿੱਧੂ ਮੂਸੇਵਾਲੇ ਨੇ ਫੋਟੋ ਖਿਚਵਾਉਣ ਤੋਂ ਕੀ ਕਿਹਾ, ਆਓ ਇੱਕ ਝਲਕ ਮਾਰਦੇ ਹਾਂ ਸਿੱਧੂ ਮੂਸੇਵਾਲੇ ਦੀ ਵਾਇਰਲ ਹੋ ਰਹੀ ਵੀਡੀਓ ਦੇ ਵੱਲ। ਅਤੇ ਵੀਡੀਓ ਦੇਖਣ ਤੋਂ ਪਹਿਲਾਂ ਜਿਹੜਾ ਸਰੋਤਿਆਂ ਨੇ ਹਜੇ ਤੱਕ ਵਿਰਸਾ ਟੀਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਬੈਲ ਦੇ ਆਈਕਨ 'ਤੇ ਕਲਿੱਕ ਕਰਿਓ ਤਾਂ ਜੋ ਇੰਡਸਟਰੀ ਦੀਆਂ ਤੇਜ਼ ਖਬਰਾਂ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕਣ। ਕੋਈ ਫੋਟੋ ਨਹੀਂ ਕਰਨੀ, ਫੋਟੋ ਜਿੰਨੇ ਬੰਦੇ ਮਿਲੇ ਹਮੇਸ਼ਾ ਕਿਤਾ ਕੇ ਗਿਆ, ਕੋਈ ਕਹਿ ਨਹੀਂ ਸਕਦਾ ਵੀ ਕਦੇ ਫੋਟੋ ਨਹੀਂ ਕਰਾਈ। ਵੀਰੇ ਜਦੋਂ ਪਿੰਡ ਜਾਣਾ ਨਾ, ਜਦੋਂ ਪਿੰਡ ਜਾਣਾ ਵੀਰੇ, ਤੜਕੇ 6 ਵਜੇ ਫੋਟੋ ਵਾਲੇ ਆ ਜਾਂਦੇ ਤੇ ਰਾਤ ਦੇ 11 ਵਜੇ ਤੱਕ ਨਹੀਂ ਜਾਂਦੇ ਉਹ। ਕਦੇ ਵੀਰੇ ਜੇ ਤੁਹਾਨੂੰ ਕਦੇ ਤੁਹਾਨੂੰ ਲੱਗਿਆ ਨਾ ਮੈਂ ਝੂਠ ਬੋਲਦਾ, ਕਦੇ ਵੀਰੇ ਪਿੰਡ ਜਾ ਕੇ ਪੁੱਛ ਤੇ ਕਦੇ ਹਮੇਸ਼ਾ ਚਾਹ ਪਾਣੀ ਪੁੱਛ ਕੇ ਭੇਜਿਆ, ਕਦੇ ਧੱਕਾ ਮਾਰ ਕੇ ਤੁਰਿਆ ਵੀ ਜਾਓ ਅਸੀਂ ਨਹੀਂ ਕਰਾਉਂਦੇ ਫੋਟੋ। ਕੀ ਹੋਇਆ, ਉਹ ਮੁੰਡਾ ਆਇਆ ਮੇਰੇ ਕੋਲ ਹੈ ਨਾ, ਜਦੋਂ ਉਹਨੂੰ ਤੋਰ ਦੱਸਦੀ ਉਹਨੇ ਫੜ ਕੇ ਬਾਹਰ ਕੱਢਣ ਲੱਗੇ, ਮੈਂ ਬਾਈ ਸ਼ੋਅ ਦੇਖ ਲੈਣ ਦੇ ਚੱਲ ਕੋਈ ਚੱਕਰ ਨਹੀਂ, ਮੈਂ ਕਲੱਬ ਚੋਂ ਕਿਵੇਂ ਨਾ ਕਿਵੇਂ ਕਰਕੇ ਮੁੜ ਕੇ ਮੈਂ ਬਾਈ ਤੂੰ ਖੜ ਜਾ, ਕੋਈ ਚੱਕਰ ਵਾਲੀ ਗੱਲ ਹੈ ਨਾ। ਦੂਜੇ ਦਿਨ ਪੋਸਟ, ਫਲਾਨਾ ਸਿੰਗਰ ਤਾਂ ਮਾੜਾ ਹੋ ਗਿਆ, ਇਹ ਕਿਵੇਂ ਚੰਗਾ ਹੋ ਗਿਆ, ਮੈਂ ਕਿਹਾ ਜਿੰਨਾ ਜੋ ਲਾਉਣਾ ਲਾ ਲਓ। ਕੋਸ਼ਿਸ਼ਾਂ ਨਹੀਂ ਹੁੰਦੀਆਂ,